का खालसा, वाहेगुरु जी की फतेह। गुरु प्यारियो, अपना मन जो माया दे हाथ विकिया होया है, मन नूं माया ने खरीदिया होया है, गुरबाणी दे फरमान हन, मन विकिया होया है माया दे हाथ, मन माया के हाथ विकाना। उस मन नूं जोड़ना करिए गुरबाणी दे नाल, गुरबाणी इस जग में चानण, होर किधरे चानना नहीं बिना गुरबाणी तो। तन दे विच मन रहिंदा है, पर मन माया दे हथों विकिया होया है। आओ गुरबाणी नाल धन गुरु ग्रंथ साहिब महाराज जी दे चरणा दे नाल अपना मन जोड़िए। इतना वड्डा संसार है, हो सकता है किसे मन का भला हो जावे। हर तन दे विच, हर देह दे विच, हर शरीर दे विच, हर काया दे विच मन रह रहा है। जय तसरी बाणी भगतां की, एक ओंकार सतगुर प्रसाद। भगत रविदास जी अकाल पुरख वाहिगुरु जी के चरणों में बेनती करते हैं, अकाल पुरख जी ने नाथ फरमा रहे हैं। धन गुरु गोबिंद सिंह महाराज जी ने भी नाथ फरमाया है, तो सो ना नाथ अनाथ न मोसर। नाथ कछुआ न जानो, नाथ कछुआ न जानो, कछुआ न जानो। मेरे वाहिगुरु जी, मेरे नाथ जी, मेरे मालिक जी, मेरे परमेश्वर जी, मेरे सृजनहार अकाल पुरख जी भगत रविदास जी फरमाते हैं, मैं कुछ नहीं जानता। आपां भी बेनती करनी है, भगत रविदास जी ने पवित्र पावन गुरबाणी का पूर्ण पा दिता है। जिन्ने भी दुनिया दे विच मन हन, असां भी अकाल पुरख जी नूं बेनती करनी है। अकाल पुरख जी, मन माया दे हथ विकिया होया है, की करिए। मन माया के हाथ बिकानो रहाओ। भगत जी, भगत रविदास जी फरमाते हैं, नाथ जी, वाहिगुरु जी, अकाल पुरख जी, मैं नहीं जानता, क्योंकि मेरा मन आ जो तुसा माया दा पसारा पाया है, माया जाल पसारे आ, भीतर चोग बनाए, मालिक
ਲਿਖ ਵਾਹਿਗੁਰੂ ਜੀ ਮੇਰਾ ਮਨ ਤਾਂ ਇਹਦੇ ਵਿੱਚ ਵਿਕਿਆ ਪਿਆ ਹੈ, ਉਲਝਿਆ ਪਿਆ ਹੈ। ਮੈਂ ਸਾਰਾ ਦਿਨ ਜੋੜੇ ਗੰਢਦਾ ਰਹਿੰਦਾ ਹਾਂ, ਮਾਲਕ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ। ਹਰ ਇੱਕ ਕਿਰਤੀ ਨੇ, ਕਿਰਤ ਕਰਨ ਵਾਲੇ ਨੇ ਬੇਨਤੀ ਕਰਨੀ ਹੈ ਭਗਤ ਰਵਿਦਾਸ ਜੀ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਹੈ, ਸੁਣ ਕੇ ਕਿ ਮਾਲਕ ਮੇਰੇ ਤੇ ਮਿਹਰ ਕਰੋ, ਮੇਰਾ ਮਨ ਇਹਨਾਂ ਕੰਮਾਂ ਧੰਦਿਆਂ ਦੇ ਵਿੱਚ ਉਲਝਿਆ ਹੋਇਆ ਹੈ। ਮਨ ਮਾਇਆ ਵਾਕਿਆ ਦੇਖੀਦਾ, ਸਾਰਾ ਦਿਨ ਬੰਦਾ ਬੰਦੀ ਦੌੜੇ ਫਿਰਦੇ ਹਨ, ਕਿਉਂਕਿ ਮਾਇਆ ਨੇ ਆਪਣੇ ਹੱਥ ਵਿੱਚ ਕੀਤਾ ਹੋਇਆ ਹੈ, ਕਾਬੂ ਵਿੱਚ ਕੀਤਾ ਹੋਇਆ ਹੈ। ਮਾਇਆ ਮਨਹੁ ਨਾ ਵਿਸਰੈ, ਮੰਗੈ ਦਮਾ ਦਮ, ਇੱਕ ਇੱਕ ਦਮ ਰਾਤ ਦਿਨੇ ਮਾਇਆ ਵੱਲ ਹੀ ਜੁੜਿਆ ਰਹਿੰਦਾ ਹੈ, ਕੋਈ ਦਮ ਖਾਲੀ ਜਾਂਦਾ ਹੀ ਨਹੀਂ, ਸਾਰੇ ਦਮ ਮਾਇਆ ਵੱਲ ਲੱਗੇ ਹੋਏ ਹਨ। ਅੱਗੋਂ ਫਰਮਾਉਂਦੇ ਹਨ ਭਗਤ ਰਵਿਦਾਸ ਜੀ, ਵਾਹਿਗੁਰੂ ਜੀ ਅਕਾਲ ਪੁਰਖ ਜੀ ਮੇਰੇ ਨਾਥ ਜੀ, ਨਾਥ ਕਛੂ ਨਾ ਜਾਨੋ ਮਨ ਮਾਇਆ ਕੈ ਹਾਥ ਵਿਕਾਨੋ ਰਹਾਓ, ਤੁਮ ਕਹੀਅਤ ਹੋ ਜਗਤ ਗੁਰ ਸਵਾਮੀ। ਵਾਹਿਗੁਰੂ ਜੀ ਤੁਸੀਂ ਜਗਤ ਦੇ ਸਵਾਮੀ ਕਹੇ ਜਾਂਦੇ ਹੋ, ਮਾਲਕ ਕਹੇ ਜਾਂਦੇ ਹੋ, ਸਿਰਜਣਹਾਰ ਕਹੇ ਜਾਂਦੇ ਹੋ। ਜਿਨ੍ਹਾਂ ਜਿਨ੍ਹਾਂ ਤੇ ਤੁਹਾਡਾ ਹੱਥ ਹੈ ਉਹ ਸੁਖੀ ਹਨ, ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੈ। ਤੁਮ ਕਹੀਅਤ ਹੋ ਜਗਤ ਗੁਰ ਸਵਾਮੀ, ਮਾਲਕ ਸਵਾਮੀ ਜੀ ਤੁਸੀਂ ਦੁਨੀਆਂ ਦੇ ਸਵਾਮੀ, ਜਗਤ ਆ ਪੂਰਾ ਜਗਤ ਜਿਹੜਾ ਹੈ ਇਹਦੇ ਸਵਾਮੀ ਹੋ, ਮਾਲਕ ਹੋ। ਭਗਤ ਰਵਿਦਾਸ ਜੀ ਫਰਮਾਉਂਦੇ ਹਨ, ਹਮ ਕਹੀਅਤ ਕਲ ਯੁਗ ਕੇ ਕਾਮੀ। ਵਾਹਿਗੁਰੂ ਵਾਹਿਗੁਰੂ, ਤੁਮ ਕਹੀਅਤ ਹੋ ਜਗਤ ਗੁਰ ਸਵਾਮੀ। ਵਾਹਿਗੁਰੂ ਭਗਤ ਰਵਿਦਾਸ ਜੀ ਫਰਮਾ ਰਹੇ ਹਨ, ਹਮ ਕਹੀਅਤ ਕਲ ਯੁਗ ਕੇ ਕਾਮੀ। ਵਾਹਿਗੁਰੂ ਜੀ ਅਸੀਂ ਕਲ ਯੁਗ ਦੇ ਕਾਮੀ, ਕੰਮਾਂ ਧੰਦਿਆਂ ਵਾਲੇ ਜਾਂ ਕਾਮ ਵਸ ਹੋਏ ਹੋਏ। ਆਪ ਜੀ ਨੂੰ ਭੁੱਲ ਬੈਠੇ ਹਾਂ, ਗੁਰਬਾਣੀ ਚੌਵਾਂ ਵਰਣਾ ਵਾਸਤੇ ਹੈ, ਸਭਨਾਂ ਨੂੰ ਸਾਂਝਾ ਉਪਦੇਸ਼ ਕਰ ਰਹੀ ਹੈ, ਫਰਮਾ ਰਹੀ ਹੈ। ਬਚਨ ਹਨ ਭਗਤ ਰਵਿਦਾਸ ਜੀ ਦੇ ਪਵਿੱਤਰ ਪਾਵਨ ਗੁਰਬਾਣੀ ਦੇ ਵਿੱਚ, ਵਾਹਿਗੁਰੂ ਜੀ ਹਮ ਕਹੀਅਤ ਕਲ ਯੁਗ ਕੇ ਕਾਮੀ, ਅਸੀਂ ਕਲ ਯੁਗ ਦੇ ਕਾਮੀ ਜੀਵ ਹਾਂ, ਕਾਮ ਕ੍ਰੋਧ ਜਿਹੜਾ ਪਸਰਿਆ ਹੋਇਆ ਹੈ ਸੰਸਾਰ ਵਿੱਚ ਉਹਦੇ ਵਿੱਚ ਉਲਝੇ ਹੋਏ ਹਾਂ। ਕਿਰਪਾ ਕਰੋ ਆਪਣੇ ਚਰਨਾਂ ਦੇ ਨਾਲ ਵਾਹਿਗੁਰੂ ਜੀ ਜੋੜਨਾ ਕਰੋ, ਆਪਣੇ ਚਰਨਾਂ ਦੇ ਨਾਲ ਜੋੜ ਲਵੋ। ਜਿਹੜੀ ਸਾਡੀ ਦੇਹ ਹੈ
ਇਸ ਦੇ ਵਿੱਚ ਕਾਮ ਵਸਦਾ ਹੈ, ਕ੍ਰੋਧ ਵਸਦਾ ਹੈ, ਅਹੰਕਾਰ ਵਸਦਾ ਹੈ, ਲੋਭ ਵਸਦਾ ਹੈ, ਕਾਮ ਕ੍ਰੋਧ ਲੋਭ ਮੋਹ ਵਸਦਾ ਹੈ। ਕੀ ਕਰੀਏ ਮਾਲਕ, ਜੁੜਿਆ ਨਹੀਂ ਜਾਂਦਾ ਆਪ ਜੀ ਦੇ ਚਰਨਾਂ ਦੇ ਨਾਲ, ਕਿਰਪਾ ਕਰਕੇ ਜੋੜ ਲਵੋ। ਇਹ ਜਿਹੜੇ ਪੰਜ ਹਨ, ਇਸ ਦੇਹੀ ਅੰਦਰ ਪੰਜ ਚੋਰ ਵਸੇ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਇਹ ਨਾਮ ਰੂਪੀ ਅੰਮ੍ਰਿਤ ਲੁੱਟ ਰਹੇ ਹਨ। ਅੰਮ੍ਰਿਤ ਲੁੱਟ ਹੈ ਮਨਮੁਖ ਨਹੀਂ ਪੂਜੈ, ਕੋਈ ਨਾ ਸੁਣੇ ਪੁਕਾਰਾ। ਫਰਮਾ ਰਹੇ ਹਨ ਭਗਤ ਰਵਿਦਾਸ ਜੀ, ਜੁਗੋ ਜੁਗਾ ਟਲ ਧਨ ਧਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਇਹ ਪੰਚਨ ਮੇਰੋ ਮਨ ਜੋ ਵਿਗਾਰਿਓ, ਇਹਨਾਂ ਪੰਚਾਂ ਨੇ ਇਹਨਾਂ ਪੰਜਾਂ ਨੇ ਜਿੰਨੀਆਂ ਵੀ ਦੀਆਂ ਹਨ ਦੁਨੀਆਂ ਤੇ, ਪੂਰਾ ਸੰਸਾਰ ਦੇਹਾਂ ਦੇ ਨਾਲ, ਤਨਾਂ ਦੇ ਨਾਲ, ਸਰੀਰਾਂ ਦੇ ਨਾਲ ਭਰਿਆ ਪਿਆ ਹੈ। ਮਾਤ ਲੋਕ ਹੈ, ਮਾਤਾਵਾਂ ਨੇ ਜਨਮ ਦੇ ਦੇ ਕੇ ਇਸ ਦੁਨੀਆਂ ਨੂੰ ਭਰ ਦਿੱਤਾ ਹੈ, ਤਾਂ ਇਸ ਜਗਤ ਦਾ ਨਾਮ ਮਾਤ ਲੋਕ ਹੈ। ਮਾਤਾ ਤੋਂ ਜਨਮ ਲੈ ਕੇ ਇਹ ਵਿਸ਼ਵ ਇਹ ਸੰਸਾਰ ਭਰ ਗਿਆ ਹੈ, ਤੇ ਹਰ ਦੇਹ ਵਿੱਚ ਪੰਜ ਚੋਰ ਹਨ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਵਿਗੜ ਨਹੀਂ ਸੀ ਸਕਦਾ ਜੇ ਗੁਰੂ ਨਾਲ ਜੁੜਿਆ ਰਹਿੰਦਾ, ਜੇ ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਜੁੜਿਆ ਰਹਿੰਦਾ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੇ ਨਾਲ ਜੁੜਿਆ ਰਹਿੰਦਾ, ਜਿਵੇਂ ਭਗਤ ਰਵਿਦਾਸ ਜੀ ਅਕਾਲ ਪੁਰਖ ਜੀ ਵਾਹਿਗੁਰੂ ਜੀ ਨਾਲ ਜੁੜੇ ਹੋਏ ਹਨ, ਅਕਾਲ ਪੁਰਖ ਜੀ ਨਾਲ ਜੁੜਿਆ ਰਹਿੰਦਾ, ਫਿਰ ਇਹ ਮਨ ਵਿਗੜ ਨਹੀਂ ਸੀ ਸਕਦਾ। ਜਦੋਂ ਕੋਈ ਚੀਜ਼ ਵਿਗੜ ਜਾਵੇ ਉਹਨੂੰ ਸਵਾਰਨਾ ਬੜਾ ਔਖਾ ਹੈ। ਵਿਗੜੇ ਹੋਏ ਨੂੰ ਸੁਧਾਰਨਾ ਬੜਾ ਔਖਾ ਹੈ। ਦੁਨੀਆਂ ਦੇ ਵਿੱਚ ਹਰ ਇੱਕ ਦੇਹ ਦੇ ਵਿੱਚ ਮਨ ਰਹਿ ਰਹੇ ਹਨ, ਪਰ ਮਨ ਹਰ ਇੱਕ ਦਾ ਵਿਗੜਿਆ ਪਿਆ। ਦੇਹ ਕੁਝ ਨਹੀਂ ਕਰ ਸਕਦੀ, ਤਨ ਕੁਝ ਨਹੀਂ ਕਰ ਸਕਦਾ, ਕਿਉਂਕਿ ਤਨ ਮਨ ਦੇ ਵਸ ਵਿੱਚ ਹੈ ਤੇ ਮਨ ਮਾਇਆ ਦੇ ਵਸ ਵਿੱਚ ਹੈ। ਭਗਤ ਰਵਿਦਾਸ ਜੀ ਫਰਮਾ ਰਹੇ ਹਨ, ਮਨ ਮਾਇਆ ਕੈ ਹੱਥ ਦੁਕਾਨੋ, ਬੱਚਾ ਹੈ, ਬੁੱਢਾ ਹੈ, ਜਵਾਨ ਹੈ, ਹਰ ਇੱਕ ਦਾ ਮਨ ਮਾਇਆ ਦੇ ਵਿੱਚ ਵਿਕਿਆ ਹੋਇਆ ਹੈ। ਮਨ ਮਾਇਆ ਕੈ ਹੱਥ ਦੁਕਾਨੋ, ਇਹ ਪੰਜ ਬੜਾ ਤੰਗ ਕਰਦੇ ਹਨ। ਇਸ ਦੇਹ ਨੂੰ ਕਾਬੂ ਵਿੱਚ ਕੀਤਾ ਹੋਇਆ ਹੈ, ਕਾਮ ਨੇ ਕਬਜ਼ਾ ਕੀਤਾ ਹੋਇਆ ਹੈ, ਕਾਮ ਤੋਂ ਬਾਅਦ ਕ੍ਰੋਧ ਨੇ ਕਬਜ਼ਾ ਕੀਤਾ ਹੋਇਆ ਹੈ। ਵੱਡੀ ਅੱਗ ਲਾ ਦਿੰਦਾ ਹੈ ਜਦੋਂ ਮੱਚਦਾ ਹੈ, ਜਦੋਂ ਬਲਦਾ ਹੈ, ਜਦੋਂ ਕ੍ਰੋਧ ਬਲਦਾ ਹੈ ਕਈ ਕਈ ਘਰ ਫੂਕ ਛੱਡਦਾ ਹੈ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਵਾਹਿਗੁਰੂ ਵਾਹਿਗੁਰੂ। ਪਲ ਪਲ ਹਰ ਜੀਤੇ ਅੰਤਰ ਪਾਰਿਓ, ਚੌਵੀ ਘੰਟੇ ਹਨ, 24,000 ਸਵਾਸ ਹੈ ਰੋਜ਼ ਦਾ,
ਪਲ ਪਲ ਮਗਰੋਂ ਅੰਤਰ ਪਾਇਆ ਹੋਇਆ ਹੈ, ਫਰਕ ਪਾਇਆ ਹੋਇਆ ਹੈ। ਜੁੜਨ ਨਹੀਂ ਦਿੰਦਾ ਅਕਾਲ ਪੁਰਖ ਜੀ ਦੇ ਨਾਲ, ਭਗਤ ਰਵਿਦਾਸ ਜੀ ਫਰਮਾ ਰਹੇ ਹਨ। ਜੁਗੋ ਯੁਗ ਅਕਾਲ ਧੰਨ ਧੰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਪਲ ਪਲ ਹਰ ਜੀ ਤੇ, ਹਰ ਜੀ ਤੇ ਭਾਵ ਅਕਾਲ ਪੁਰਖ ਵਾਹਿਗੁਰੂ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਜਿਹੜੇ ਮਨ ਦੇ ਵਿਚਾਰ ਹਨ ਪਲ ਪਲ ਵਿੱਚ ਵਾਹਿਗੁਰੂ ਵਿੱਚ ਤੇ ਮਨ ਦੇ ਵਿੱਚ ਪਏ ਹੋਏ ਹਨ, ਇੰਜ ਜਾਣੋ ਜਿਵੇਂ ਪਾਰਸ ਪਿਆ ਹੈ, ਲੋਹਾ ਪਿਆ ਹੈ ਭਾਰ ਵਿੱਚ ਪੜਦਾ ਹੈ, ਜੁੜਨ ਨਹੀਂ ਦਿੰਦਾ ਪਾਰਸ ਦੇ ਨਾਲ, ਨਹੀਂ ਤੇ ਲੋਹਾ ਵੀ ਸੋਹਣਾ ਹੋ ਜਾਵੇ। ਲੋਹਾ ਕੰਚਨ ਹਿਰਨ ਹੋਏ ਕੈਸੇ, ਲੋਹਾ ਕਿਵੇਂ ਸੋਨਾ ਬਣ ਸਕਦਾ ਹੈ? ਅਸੀਂ ਲੋਹੇ ਵਰਗੇ ਹਾਂ, ਕਿਵੇਂ ਸੋਨਾ ਬਣ ਸਕਦੇ ਹਾਂ? ਪਲ ਪਲ ਤਾਂ ਸਾਡੇ ਮਨ ਵਿੱਚ ਐਸੇ ਐਸੇ ਖਿਆਲ ਆਉਂਦੇ ਹਨ ਜਿਹੜੇ ਹਰੀ ਦੇ ਨਾਲ, ਵਾਹਿਗੁਰੂ ਜੀ ਦੇ ਨਾਲ, ਅਕਾਲ ਪੁਰਖ ਜੀ ਦੇ ਨਾਲ, ਪਰਮੇਸ਼ਰ ਜੀ ਦੇ ਨਾਲ, ਦੁਨੀਆਂ ਦੇ ਸਿਰਜਣਹਾਰ ਨਿਰੰਕਾਰ ਜੀ ਦੇ ਨਾਲ, ਭਗਤ ਰਵਿਦਾਸ ਜੀ ਕਹਿੰਦੇ ਹਨ ਜੁੜਨ ਨਹੀਂ ਦਿੰਦੇ। ਪਲ ਪਲ ਹਰ ਜੀ ਤੇ ਅੰਤਰ ਪਾਰਿਓ, ਇਹਨਾਂ ਨੇ ਅੰਤਰ ਪਾਇਆ ਹੋਇਆ ਹੈ, ਨਾਲ ਨਹੀਂ ਜੁੜਨ ਦਿੰਦੇ। ਅੱਗੋਂ ਫਰਮਾਉਂਦੇ ਹਨ ਭਗਤ ਰਵਿਦਾਸ ਜੀ, ਜਦ ਦੇਖੋ ਭਗਤ ਜੀ ਫਰਮਾਉਂਦੇ ਹਨ, ਜਿੱਥੇ ਮੈਂ ਦੇਖਦਾ ਹਾਂ ਤਦ ਦੁੱਖ ਕੀ ਰਾਸੀ, ਜਿੱਥੇ ਦੇਖਦਾ ਹਾਂ ਇਹ ਮਨ ਵਿਕਾਰਾਂ ਵਿੱਚ ਪਿਆ ਹੋਇਆ ਹੈ, ਪੂਰੀ ਦੁਨੀਆਂ ਦਾ ਮਨ ਵਿਕਾਰਾਂ ਵਿੱਚ ਪਿਆ ਹੋਇਆ ਹੈ। ਕੀਰਤਨ ਸੋਹਲੇ ਵਿੱਚ ਵੀ ਸਤਿਗੁਰੂ ਜੀ ਫਰਮਾਉਂਦੇ ਹਨ, ਇਹ ਸੰਸਾਰ ਵਿਕਾਰ ਸੰਸੇ ਮੈਂ ਕਰਿਓ, ਮਨ ਜੰਜਾਲੀ ਵਿਹੜਿਆ ਵਿਕਾਰਾਂ ਵਿੱਚ ਪਿਆ ਹੋਇਆ ਹੈ। ਵਿਕਾਰਾ ਕਰਮ ਕਮਾਏ, ਭਗਤ ਰਵਿਦਾਸ ਜੀ ਫਰਮਾਉਂਦੇ ਹਨ ਜਿੱਥੇ ਵੀ ਮੈਂ ਦੇਖਦਾ ਹਾਂ ਉੱਥੇ ਦੁੱਖ ਦੀ ਰਾਸ ਖੜੀ ਹੈ। ਹਰ ਬੰਦੇ ਦਾ ਮਨ ਦੁੱਖਾਂ ਵਿੱਚ ਪਿਆ ਹੋਇਆ ਹੈ, ਤਾਂ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਹੈ, ਇੰਜ ਜਾਣੋ ਨਾਨਕ ਦੁਖੀਆ ਇੱਕ ਅੱਧਾ ਦੁਖੀ ਨਹੀਂ ਸਭ ਸੰਸਾਰ। ਜਦ ਦੇਖੋ ਤਤ ਦੁੱਖ ਕੀ ਰਾਸੀ, ਅਜੋ ਨਾ ਪਤਿਆ ਨਿਗਮ ਭੈ ਸਾਖੀ, ਅਜੋ ਨਾ ਪਤਿਆ ਨਿਗਮ ਭੈ ਸਾਖੀ। ਪਾਠ ਪੂਜਾ ਵੇਦਾਂ ਦੀ ਜਾਂ ਜੋ ਵੀ ਬੰਦਾ ਪਾਠ ਪੂਜਾ ਕਰਦਾ, ਇਹ ਵੀ ਗਵਾਹ ਦੇਣਗੇ, ਇਹ ਵੀ ਗਵਾਹੀ ਦੇਣਗੇ, ਇਹ ਵੀ ਆਖਣਗੇ ਕਿ ਜੋ ਇਹਨੇ ਪੜਿਆ ਹੈ ਉਹਦੇ ਤੇ ਅਮਲ ਨਹੀਂ ਕੀਤਾ, ਮਨ ਵਿਕਾਰਾਂ ਵਿੱਚ ਹੀ ਪਿਆ ਰਿਹਾ ਹੈ। ਇਹ ਵੀ ਸਾਖੀ ਹੋਣਗੇ, ਇਹ ਵੀ ਦੱਸਣਗੇ ਇਹ ਪਾਠ ਤਾਂ ਪੜ੍ਹਦਾ ਸੀ ਪਰ ਵਾਹਿਗੁਰੂ ਜੀ ਤੁਹਾਡੇ ਨਾਲ ਨਹੀਂ ਸੀ ਜੁੜਿਆ ਹੋਇਆ, ਇਹ ਰਾਗ ਤਾਂ ਗਾਉਂਦਾ ਸੀ ਮਾਲਕ ਤੁਹਾਡੇ ਨਾਲ ਇਹ
ਦੇ ਆਲਾਪ ਨਹੀਂ ਜੁੜਦੇ ਸਨ। ਅਜੋ ਨਾ ਪਤੀਆ ਨਿਗਮ ਭੈ ਸਾਖੀ ਨਿਗਮ ਪਾਠ ਪੂਜਾ ਵੇਦ ਸ਼ਾਸਤਰ ਗੁਰਸਿੱਖ ਗੁਰਬਾਣੀ ਪੜ੍ਹਦੇ ਹਨ। ਗੁਰਸਿੱਖਾਂ ਵਾਸਤੇ ਸਭ ਨਾਦ ਵੇਦ ਗੁਰਬਾਣੀ ਜਿਵੇਂ ਹੁਣ ਭਗਤ ਰਵਿਦਾਸ ਜੀ ਦੀ ਗੁਰਬਾਣੀ ਪੜ੍ਹ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ, ਇਹ ਬਾਣੀ ਵੀ ਆਖੇਗੀ ਇਹਨੇ ਮਨ ਨਹੀਂ ਜੋੜਿਆ ਵਾਹਿਗੁਰੂ ਜੀ ਨਾਲ, ਇਹ ਵੀ ਸਾਖੀ ਦੇਵੇਗੀ, ਇਹ ਵੀ ਗਵਾਹੀ ਦੇਵੇਗੀ, ਇਹਨੇ ਪੜ੍ਹਿਆ ਜ਼ਰੂਰ ਹੈ ਪਰ ਜੁੜਿਆ ਨਹੀਂ, ਇਹਨੇ ਆਪਣੇ ਮਨ ਨੂੰ ਪਤਿਆਇਆ ਨਹੀਂ। ਅਜੋ ਨਾ ਪਤਿਆ ਨਿਗਮ ਭੈ ਸਾਖੀ ਗੋਤਮ ਨਾਰ ਉਮਾਪਤ ਸੁਆਮੀ ਕਾਮ ਵਸ ਹੋ ਕੇ ਗੋਤਮ ਰਿਖੀ ਦੀ ਇਸਤਰੀ ਹੱਲਿਆ ਅਹੱਲਿਆ ਮਨ ਨੂੰ ਕਾਮੀ ਕਰਕੇ ਇੰਦਰ ਜਿਹੜਾ ਸੀ ਨਾ ਲੋਭ ਕਰਦਾ ਨਾ ਕਾਮ ਦੇ ਵਸ ਵਿੱਚ ਪੈਂਦਾ। ਗੁਰਬਾਣੀ ਦੇ ਫਰਮਾਨ ਹਨ, ਭਗਤ ਰਵਿਦਾਸ ਜੀ ਫਰਮਾਉਂਦੇ ਹਨ ਹਜ਼ਾਰਾਂ ਭਗ ਵਾਲਾ ਹੋ ਗਿਆ ਉਹਦਾ ਫਲ ਭੋਗਣਾ ਪਿਆ। ਹੇ ਕਾਮੰ ਨਰਕ ਬਿਸਰਾਮੰ, ਜ਼ਿੰਦਗੀ ਨਰਕ ਬਣ ਜਾਂਦੀ ਹੈ ਜਦੋਂ ਆਪਣੇ ਰਾਹ ਤੋਂ ਇਹ ਮਨ ਕਾਮ ਵੱਲ ਭਟਕ ਜਾਂਦਾ ਹੈ। ਇੰਦਰ ਦਾ ਮਨ ਭਟਕ ਗਿਆ ਗੋਤਮ ਨਾਰ ਗੋਤਮ ਰਿਖੀ ਦੀ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਸ ਪਗ ਗਾਮੀ। ਕਥਾ ਲੰਬੀ ਹੈ, ਤੁਸੀਂ ਆਪ ਪੜਿਆ ਕਰੋ, ਪੂਰਾ ਗਿਆਨ ਪ੍ਰਾਪਤ ਹੋ ਜਾਵੇਗਾ। ਦਾਸ ਗੁਰਬਾਣੀ ਦੇ ਨਾਲ ਨਾਲ ਰਵੇ, ਕਿਉਂਕਿ ਗੁਰਬਾਣੀ ਤੋਂ ਦੂਰ ਚਲੇ ਜਾਓ ਤੇ ਕਥਾ ਦਾ ਰਸਤਾ ਵੱਖਰਾ ਹੋ ਜਾਂਦਾ ਹੈ। ਆਪਾਂ ਜੁੜ ਕੇ ਰਹਿਣਾ ਹੈ ਵਾਹਿਗੁਰੂ ਜੀ ਨਾਲ, ਅਕਾਲ ਪੁਰਖ ਜੀ ਨਾਲ, ਸੁਆਮੀ ਨਾਲ, ਜਿਸ ਕੇ ਸਿਰ ਉੱਪਰ ਤੋਂ ਸੁਆਮੀ। ਸੀਸ ਧਾਰਨ ਸਹਿਸ ਪਗ ਗਾਮੀ, ਬੜੀਆਂ ਕਥਾਵਾਂ ਹਨ, ਖੋਲ ਕੇ ਪੜਿਆ ਕਰੋ। ਇਹਨੇ ਤੂੰ ਤਨ ਖਲ ਪਗ ਕਰ ਮਾਰਿਓ ਇਹੋ ਜੇ ਮੂਰਖ ਮਨ ਨੂੰ ਬੰਧਨ ਕਰਕੇ ਮਾਰਿਆ, ਮਾਰ ਵੱਡੀ ਪਈ ਹੈ। ਪਰ ਪੜ੍ਹ ਪੜ੍ਹ ਕੇ ਸੁਣ ਸੁਣ ਕੇ ਵੀ ਹੋਰ ਜਿਹੜੇ ਸਰੀਰਾਂ ਦੇ ਵਿੱਚ ਮਨ ਰਹਿੰਦੇ ਹਨ ਵੱਡੇ ਨਿਲਜ ਹਨ, ਵੱਡਾ ਨਿਲਜ ਇੱਕ ਨਾਲ ਬੀਤ ਜਾਵੇ ਦੂਜੇ ਨੂੰ ਸਮਝ ਜਾਣਾ ਚਾਹੀਦਾ ਹੈ। ਪਰ ਇਹ ਮਨ ਦੀ ਲਾਈਨ, ਇਹ ਮਨ ਦਾ ਝੁੰਡ, ਇਹ ਮਨ ਦਾ ਏਡਾ ਵੱਡਾ ਕਰਾਊਡ ਜਿਹੜਾ ਹੈ ਇਹ ਨਿਲਜ ਸਮਝਦਾ ਨਹੀਂ, ਸਾਥੀ ਨੂੰ ਜਾਣਦਾ ਨਹੀਂ। ਵੱਡੋ ਨਿਲਜ ਅਜੋ ਨਹੀਂ ਹਾਰਿਓ ਇੱਥੇ ਸਤਿਗੁਰੂ ਜੀ ਭਗਤ ਰਵਿਦਾਸ ਜੀ ਫਰਮਾ ਰਹੇ ਹਨ ਸ਼ਬਦ
ਸ਼ੁਰੂ ਹੋਇਆ ਸੀ ਜੈ ਕਸਰੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਥ ਕਛੂ ਨ ਜਾਣੋ ਮਨ ਮਾਇਆ ਕੈ ਹੱਥ ਵਿਕਾਨੋ ਰਹਾਓ। ਤੁਮ ਕਹੀਅਤ ਹੋ ਜਗਤ ਗੁਰ ਸੁਆਮੀ ਹਮ ਕਹੀਅਤ ਕਲ ਜੁਗ ਤੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਜਤ ਦੇਖੋ ਤਤ ਦੁਖ ਕੀ ਰਾਸੀ ਅਜੋ ਨਾ ਪਤੇ ਆਏ ਨਿਗਮ ਭੈ ਸਾਖੀ ਗੋਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਸ ਪਦ ਗਾਮੀ। ਇਨ ਦੂਤਨ ਇਹੋ ਜੇ ਕਾਮੀ ਮਨਾਂ ਨੂੰ ਇਨ ਦੂਤਨ ਖਲ ਮੂਰਖਾਂ ਨੂੰ ਬਦ ਕਰ ਮਾਰਿਓ ਬੰਨ ਕੇ ਮਾਰਿਆ ਹੈ ਐਸੇ ਮਨਾਂ ਨੂੰ। ਜਿੰਨੇ ਵੀ ਦੁਨੀਆਂ ਤੇ ਮਨ ਹਨ ਸਤਿਗੁਰ ਦੀ ਪਾਵਨ ਗੁਰਬਾਣੀ ਸੁਣ ਕੇ ਮਹਾਰਾਜ ਫਰਮਾਉਂਦੇ ਹਨ ਭਾਈ ਡਰਨਾ ਕਰੋ ਨਿਲਾਜ ਨਾ ਹੋ ਜਾਵੋ ਆਪਣੀ ਲਾਜ ਵਿੱਚ ਰਵੋ ਵੱਡੋ ਨਿਲਾਜ ਅੱਜ ਹੁਣ ਨਹੀਂ ਹਾਰਿਓ। ਸੁਣ ਸੁਣ ਕੇ ਵੀ ਨਹੀਂ ਸਮਝ ਪਈ ਅਖੀਰ ਵਿੱਚ ਭਗਤ ਰਵਿਦਾਸ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਫਰਮਾਉਂਦੇ ਹਨ ਸ਼ਰਨ ਪੈ ਜਾਵੋ ਰਘੁਨਾਥ ਜੀ ਦੀ ਅਕਾਲ ਪੁਰਖ ਜੀ ਦੀ ਵਾਹਿਗੁਰੂ ਜੀ ਦੀ ਪਰਮੇਸ਼ਰ ਜੀ ਦੀ ਦੁਨੀਆਂ ਦੇ ਸਿਰਜਣਹਾਰ ਮਾਲਕ ਦੀ ਸ਼ਰਨ ਪੈ ਜਾਓ। ਕਹਿ ਰਵਿਦਾਸ ਕਹਿ ਰਵਿਦਾਸ ਕਹਾਂ ਕੈਸੇ ਕੀ ਜੈ ਮਾਂ ਪਿਓ ਨੇ ਨਾਮ ਵੀ ਕੈਸਾ ਰੱਖਿਆ ਹੈ ਜਿਵੇਂ ਨਿੱਕੇ ਨਿੱਕੇ ਬੱਚਿਆਂ ਨੂੰ ਕਹੀਦਾ ਮੇਰਾ ਚੰਦਰਮਾ ਮੇਰਾ ਸੂਰਜ ਮੇਰਾ ਸੋਹਣਾ। ਭਗਤ ਰਵਿਦਾਸ ਜੀ ਦੇ ਮਾਂ ਪਿਓ ਨੇ ਵੀ ਕਹਿ ਦਿੱਤਾ ਹੈ ਰਵ ਰਵ ਸੂਰਜ ਨੂੰ ਕਹਿੰਦੇ ਹਨ ਸਾਡਾ ਸੂਰਜ ਵਰਗਾ ਪੁੱਤਰ ਦਾਸਾਂ ਦਾ ਦਾਸ ਕਹਿ ਰਵਿਦਾਸ ਕਹਾਂ ਕੈਸੇ ਕੀ ਜੈ। ਭਗਤ ਰਵਿਦਾਸ ਜੀ ਕਹਿੰਦੇ ਹਨ ਇੰਨਾ ਵੱਡਾ ਵਿਕਾਰਾਂ ਦਾ ਪਸਾਰਾ ਪਿਆ ਹੋਇਆ ਹੈ ਮਨ ਨੂੰ ਮਾਇਆ ਨੇ ਖਰੀਦਿਆ ਹੋਇਆ ਹੈ ਮਨ ਮਾਇਆ ਦੇ ਹੱਥ ਵਿਕਿਆ ਹੋਇਆ ਹੈ ਕਾਮ ਦੇ ਹੱਥ ਵਿਕਿਆ ਹੋਇਆ ਹੈ ਕਾਮ ਦੇ ਵਸ ਪਿਆ ਹੋਇਆ ਹੈ ਕ੍ਰੋਧ ਦੇ ਵਸ ਪਿਆ ਹੋਇਆ ਹੈ ਕੀ ਕੀਤਾ ਜਾਵੇ ਕਿਵੇਂ ਬਚਿਆ ਜਾਵੇ। ਕਹਿ ਰਵਿਦਾਸ ਕਹਾਂ ਕੈਸੇ ਕੀ ਜੈ ਕੀ ਕਰੀਏ। ਭਗਤ ਰਵਿਦਾਸ ਜੀ ਕਹਿੰਦੇ ਹਨ ਕੀ ਕੀਤਾ ਜਾਵੇ ਕਿਹਦੀ ਸ਼ਰਨ ਵਿੱਚ ਜਾਈਏ ਕਿਹਦੇ ਚਰਨਾਂ ਵਿੱਚ ਜਾ ਕੇ ਆਪਣੇ ਮਨ ਨੂੰ ਰੱਖੀਏ ਜਿੱਥੇ ਮਨ ਕਾਬੂ ਆ ਜਾਵੇ। ਅਖੀਰ ਵਿੱਚ ਕਹਿੰਦੇ ਹਨ ਕਿ ਬਿਨਾਂ ਵਾਹਿਗੁਰੂ ਜੀ ਤੋਂ ਬਿਨਾਂ ਰਘੁਨਾਥ ਜੀ ਤੋਂ ਬਿਨਾਂ ਅਕਾਲ ਪੁਰਖ ਜੀ ਤੋਂ ਇਸ ਮਨ ਨੂੰ ਕੋਈ ਕਾਬੂ ਨਹੀਂ ਕਰ ਸਕਦਾ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਕਹਿ ਰਵਿਦਾਸ ਕਹਾਂ ਕੈਸੇ ਕੀ ਜੈ ਬਿਨ ਰਘੁਨਾਥ ਵਾਹਿਗੁਰੂ ਜੀ ਤੁਹਾਡੀ ਸ਼ਰਨ ਤੋਂ ਬਿਨਾ ਅਸਾਂ ਤੱਤ ਕੱਢ ਲਿਆ ਹੈ ਇਹ ਮਨ ਕਾਬੂ ਨਹੀਂ ਆ ਸਕਦਾ। ਇਹ ਮਨ ਕਾਮ ਤੋਂ ਕ੍ਰੋਧ ਤੋਂ ਲੋਭ ਤੋਂ ਮੋਹ ਤੋਂ ਅਹੰਕਾਰ ਤੋਂ ਨਹੀਂ ਬਚ ਸਕਦਾ। ਇਹ ਮਨ ਜਿਹੜਾ ਮਾਇਆ ਦੇ ਹੱਥ ਵਿਕਿਆ ਹੋਇਆ ਹੈ ਗਹਿਣੇ ਪਿਆ ਹੋਇਆ ਹੈ ਮਾਇਆ ਨੇ ਇਸਨੇ ਕਾਬੂ ਕੀਤਾ ਹੋਇਆ ਹੈ ਮਾਇਆ ਨੇ ਮਨ ਨੂੰ ਮਨ ਮਾਇਆ ਕੇ ਹੱਥ ਵਿਕਾਨੋ ਮਾਲਕ ਤੁਹਾਡੇ ਚਰਨਾਂ ਤੋਂ ਬਿਨਾ ਇਹ ਮਾਇਆ ਕੋਲੋਂ ਨਹੀਂ ਛੁੱਟ ਸਕਦਾ। ਇਹਦਾ ਛੁਟਕਾਰਾ ਮਾਇਆ ਨਾਲੋਂ
नहीं हो सकता माया कोलों ताई छुटेगा जे रघुनाथ जी वाहिगुरु जी तुहाडी शरण विच आवेगा। सो प्यारियो मन नूं जोड़ना करो धन गुरु ग्रंथ साहिब महाराज जी की पवित्र गुरबाणी दे नाल। गुरबाणी जोड़ देवेगी रघुनाथ जी दे नाल, अकाल पुरख जी दे नाल, वाहिगुरु जी दे नाल, जिस वाहिगुरु ने साडी सिरजना कीती है उन्हां दे नाल। ए शब्द सी गुरु ग्रंथ साहिब महाराज जी की पवित्र गुरबाणी दे विचों भगत रविदास जी का बड़ा ज्ञान बख्शिश कीता है, क्योंकि दुनिया दे विच मन ही काबू नहीं आ रहा, मन ने ही आके इस मेले विच अपने आप नूं गवा लिया है। ए दुनिया मेला इस मेले विच उलझ गया है, इनू अपने तन दी होश नहीं कि मैं नूं गुरुद्वारे लै जावां, मैं इस तन दे हत्थां नाल कोई लंगर वरता दिया, कोई गुरु घर दे भांडे मांझ दिया, इस तन नूं अखां लगियां हन, मैं इन्हां नेत्रां नाल जाके मैं गुरु दे दर्शन कर लवां, क्योंकि मन नूं होश ही नहीं, मन नूं समझ ही नहीं, मन मन मुख हो गया है, कईआं राहां ते तुर पिया है। इत्थे समाप्ति है, जुगो जुगा काल धन धन गुरु ग्रंथ साहिब सच्चे पातशाह जी दास दिलबाग सिंह पासों पवित्र गुरबाणी की कथा करदे आ। एक नहीं बहुत भुलां हो गईआं हन, दसरा जुगो जुगा काल सच्चे पातशाह जी दोवें हाथ जोड़ के आप जी पासों खिमा मंगदा है, दास नूं खिमा कर दिओ। दास भुलणहार है, भुल जांदा है, सतगुरु जी बख्श दिओ, सतगुरु जी बख्श दिओ, सतगुरु जी बख्श दिओ, कृपा कर दिओ। जिन्हां संगतां ने पवित्र गुरबाणी सरवण कीती है, कथा सरवण कीती है, आप साध संगत भी गुरु रूप हो, आप भी दासरे नूं खिमा कर दिओ। ये सारी सेवा यूट्यूब ने कीती है, दोवें हाथ जोड़ के बेनती है, जुगो जुगा टल धन गुरु ग्रंथ साहिब सच्चे पातशाह जी आप जी दे पवित्र पावन चरणा विखे आ जिहड़ी साइड है संतां वाली, महापुरखां वाली, पवित्र गुरबाणी वाली, गुरबाणी दी कथा वाली, हरिमंदर साहिब तों पवित्र गुरबाणी दे कीर्तन आ रहे हन, आ जिहड़ियां पौड़ियां रब वल जा रहियां हन, ए तरह पत पवड़ियां चढ़िए होए कीस। ए साइड जिहड़ी है सतगुरु जी दही थोड़ा जिहा एक चमचा भी दही होवे किन्ना किन्ना दुध जम जांदा है। पातशाह आ जिहड़ी साइड यूस ट्यूब दी है ना, इहदा फल इहनां नूं सतगुरु जी दरों घरों बख्शिश कर देण दी कृपालता करनी। आप बड़े कृपालु हो, आप दीन दयाल हो, आप सबना ते दया करन वाले हो। यूट्यूब दे वर्करां दे सिर ते जिन्हें भी काम करते हैं सवार सवार के पवित्र गुरबाणी नूं विछड़े हुए मना तक पहुंचा रहे हैं, जिन्हां ने भी यूट्यूब बनाई है, मालिक यूट्यूब दे सिर ते सदा मेहर भरिया हथ रखण दी कृपालता करनी। इसे तरह संगतां पवित्र गुरबाणी सरवण करदियां रहन। गुरबाणी विचार लीड्स रुके तो ये पवित्र पावन गुरबाणी की कथा आप जी ने सरवण कीती है, यूट्यूब ते चले जाया करो, लिख दिया करो गुरबाणी विचार लीड्स रुके, आनंद माणिया करो। प्यारे ओ बिना गुरबाणी तो सानू कोई नहीं दसण वाला कि साडा मन माया दे हाथ विकिया होया है। आ जिहड़ा शब्द आप जी ने सरवण कीता है इहदे विच आप जी ने सरवण कीता है मन माया के हाथ विकानी। बच्चा होवे, जवान होवे, बिरध होवे, सब दा मन जिहड़ा है माया ने खरीदिया होया है, माया दे हाथ विकिया होया है। भगत रविदास जी ने फरमाया है, अकाल पुरख वाहिगुरु जी नाथ कछु ना जानो, मन माया के हाथ बिकानो,
ਵਾਕਿਆ ਪਿਆਰਿਓ ਮਨ ਮਾਇਆ ਦੇ ਹੱਥ ਵਿਕਿਆ ਹੋਇਆ ਹੈ। ਮਾਇਆ ਮਨ ਹੋਣਾ ਵੀ ਸਰੈ ਮੰਗੈ ਦਮ ਦਮ। ਹੁਣੇ ਵਿੱਚ ਸ਼ਬਦ ਵੀ ਆਏ ਹਨ ਜਿਹੜੇ ਪਾਠ ਪੜਾਂਗੇ ਉਹ ਵੀ ਗਵਾਹੀ ਦੇਣਗੇ ਸਾਖੀ ਦੇਣਗੇ। ਇਹਨੇ ਪੜਿਆ ਜ਼ਰੂਰ ਹੈ ਪਰ ਵਾਹਿਗੁਰੂ ਜੀ ਤੁਹਾਡੇ ਨਾਲ ਇਹ ਆਪ ਨਹੀਂ ਜੁੜਿਆ। ਗੁਰਬਾਣੀ ਵਿਚਾਰ ਲੀਜ ਯੁਕੇ ਆਨੰਦ ਮਾਣਿਆ ਕਰੋ। ਬਿਨਾਂ ਗੁਰਬਾਣੀ ਕੋਈ ਰਾਹ ਨਹੀਂ ਦੱਸਣ ਵਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।